सरकार और पुलिस प्रशासन की तरफ से नशा बेचने वालों के खिलाफ सूचना देने का लोगों पर हमेशा से जोर डाला जाता रहा है और भरोसा दिया जाता है कि सूचना देने वाले का नाम और पता गुप्त रखा जाएगा। पर इस मामले में सब कुछ उल्टा होने के चलते एक गरीब परिवार को नशा बेचने वालों की सूचना देने का ये इनाम मिला कि उन नशे के कारोबारी लोगों ने उन पर जानलेवा हमला कर मारपीट की और बहन को मिलने आए भाई की दोनों टांगें और दोनों बाजू तोड़ दिए। इलाज के लिए अस्पताल की दरबदर घूमने के बाद भाई की हालत नाजुक होने के कारण निजी अस्पताल में भर्ती करवाना पड़ा। यहाँ उसके 4 ऑपरेशन और 6 बोतल खून चढ़ने के बाद उसके 4 ऑपरेशन करने पड़े, फिर कहीं जाकर उसकी जान बच पाई। जब अपने पर हुए हमले की जानकारी पीड़ित महिला अंजू रानी ने थाना टिब्बा को दी तो उन्होंने मामले को दर्ज किया, परंतु हल्की धाराएं लगाकर जिनके बारे में पीड़ित महिला और उसकी बुजुर्ग माता का आरोप है कि पुलिस दोषियों का साथ दे रही है। पीड़ित अंजू रानी व पुलिस प्रशासन ने मां से मांग की कि दोषियों के खिलाफ सख्त धाराओं सहित मामला दर्ज कर उन्हें इंसाफ दिलाया जाए, जबकि दोषी अभी भी सरेआम हीरोइन और शराब आदि देह व्यापार का धंधा कर रहे हैं। पुलिस उनको पकड़ने के बजाय उन पर खामोश रहने का दबाव भी बना रही है। जांच अधिकारी ASI बलजीत सिंह के मुताबिक पुलिस की तरफ से मेडिकल के हिसाब से बनती कार्रवाई की गई है। दोषियों को जमानत मिल चुकी है और वे शामिल तफ्तीश भी हो रही है। यही बड़ा सवाल ये पैदा होता है कि लुधियाना जैसे जिले के अंदर इस तरह से अगर कोई नशे की जानकारी पुलिस को देता है और उसका नाम लीक हो जाता है और उसके घर के परिवार के सदस्य के साथ इस तरह से निर्ममता के साथ मारपीट की जाती है, तो ये पुलिस का भरोसा कितना लोगों के दिल में कायम रख पाती है। पुलिस को दी गई सूचना के बाद अगर इस तरह से लोगों के घर के बच्चों के हाथ और पांव तोड़े जाएंगे तो आखिर कौन करेगा पुलिस की मदद? हां जी भाजी, असीं टिब्बा रोड वालिआं नूं बहुत वारी दस्सिआ सीगा, असीं कंप्लेट भी करके आए सी, पर ओह साडी सुनाई कोई नहीं करदे हैगे। ओह उल्टा चक के इन्हां नूं फोन कर दिंदे हैगे ऐ, इह मतलब कि फिर ਉਹ ਪੱਕੇ ਹੋ ਜਾਂਦੇ ਆ, ਮਤਲਬ ਇਹ ਸਾਡੀ ਕੋਈ ਵੀ ਟਿੱਬਾ ਰੋਡ ਵਾਲੇ ਕੁਛ ਵੀ ਸੁਣਾਈ ਨਹੀਂ ਦਿੰਦੇ ਪਏ ਹੈਗੇ। ਜਦੋਂ ਹੁਣ ਤੁਹਾਡੇ ਭਰਾ ਦੇ ਸੱਟਾਂ ਮਾਰੀਆਂ ਤੇ ਤੁਹਾਡੇ ਪੁਲਿਸ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ ਤੁਹਾਡੀ? ਕੋਈ ਨਹੀਂ ਭਾਜੀ, ਉਹਨਾਂ ਨੇ ਸੁਣਾਈ ਕੀਤੀ ਸਾਨੂੰ, ਉਲਟਾ ਕਹਿੰਦੇ ਪਏ ਜੇ ਤੁਸੀਂ ਜਿਆਦਾ 3-5 ਕਰੋਗੇ ਤੁਹਾਨੂੰ ਵੀ ਅਸੀਂ ਚੱਕ ਕੇ ਅੰਦਰ ਸੁੱਟ ਦਾਂਗੇ। ਕੌਣ ਕਹਿ ਰਿਹਾ ਜੀ? ਇਹ ਬਲਜੀਤ ਭਾਜੀ ਕਹਿੰਦੇ ਆ ਭਾਜੀ। ਬਲਜੀਤ ਸਿੰਘ ਕੌਣ? ਬਲਜੀਤ ਸਿੰਘ ਥਾਣੇਦਾਰੀ ਉੱਥੇ ਚੌਂਕੀ ਚ। ਤੁਸੀਂ ਉਸਦੀ ਸ਼ਿਕਾਇਤ ਉਹਨਾਂ ਦੇ SHO ਨੂੰ ਕੀਤੀ? ਭਾਜੀ ਅਸੀਂ ਉੱਥੇ ਉਹਨਾਂ ਦੇ ਦਵਿੰਦਰ ਉੱਥੇ ਥਾਣੇ ਗਏ ਸੀ, 7 ਨੰਬਰ ਦਵਿੰਦਰ ਦੇ, ਉਹਨਾਂ ਨੇ ਵੀ ਸਾਡੀ ਕੋਈ ਸੁਣਾਈ ਨਹੀਂ ਕੀਤੀ। 2 ਵਾਰੀ ਅਸੀਂ ਉੱਥੇ ਵੀ ਗਏ ਹਾਂ, ਉਹਨਾਂ ਨੇ ਸਾਡੀ ਕੋਈ ਵੀ ਸੁਣਾਈ ਕੁਛ ਵੀ ਉਹਨਾਂ ਨੇ ਕਾਰਵਾਈ ਨਹੀਂ ਸਾਡੀ ਕੀਤੀ ਹੈਗੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਭਾਜੀ, ਸਾਨੂੰ ਇਨਸਾਫ ਚਾਹੀਦਾ। ਜੋ ਮੇਰੇ ਭਰਾ ਦੀਆਂ ਚੋਟਾਂ ਲੱਗੀਆਂ, ਸਾਨੂੰ ਉਹਦਾ ਇਨਸਾਫ ਚਾਹੀਦਾ। ਹਾਂਜੀ ਭਾਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਭਾਜੀ ਅੰਜੂ ਹੈ, ਮੈਂ ਟਿੱਬਾ ਰੋਡ ਤੋਂ ਬੋਲਦੀ ਹਾਂ। ਕਿਹੜੀ ਕਲੋਨੀ ਹੈ? ਇਹ ਮਹਾਤਮਾ ਕਲੋਨੀ ਹੈ ਭਾਜੀ। ਕੀ ਮਸਲਾ ਕੀ ਹੈ ਤੁਹਾਡਾ? ਭਾਜੀ ਇਹ ਸਾਹਮਣੇ ਸਾਡੇ ਗੁਆਂਢੀ ਦਾਰੂ ਵੇਚਦੇ ਆ, ਚਿੱਟਾ ਵੇਚਦੇ, ਕੁੜੀਆਂ ਸਪਲਾਈ ਕਰਦੇ ਆ ਭਾਜੀ। ਕੀ ਨਾਮ ਕੀ ਉਹਨਾਂ ਦਾ? ਮਨਜੀਤ, ਕਾਲਾ, ਬੋਵੀ, ਮਨੀ, ਇਹ ਆਪਣਾ ਮਨਦੀਪ, ਇਹ ਸਾਰੇ ਦਾਰੂ ਵੇਚਦੇ ਆ ਜੀ। ਇਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਤੁਸੀਂ ਇਹ ਸਮਾਨ ਸਾਡਾ ਅੰਦਰ ਰੱਖ ਲਓ, ਸਾਡੇ ਘਰੇ ਪੁਲਿਸ ਦੀ ਆਵਾਜਾਵੀ ਰਹਿੰਦੀ ਹੈ, ਜਦੋਂ ਉਹ ਚਲੇ ਜਾਣਗੇ ਤੇ ਅਸੀਂ ਤੁਹਾਡੇ ਕੋਲੋਂ ਲੈ ਲਾਂਗੇ। ਤੇ ਅਸੀਂ ਭਾਜੀ ਇਸ ਗੱਲ ਤੋਂ ਉਹਨਾਂ ਨੂੰ ਮਨਾ ਕੀਤਾ ਕਿਉਂਕਿ ਅਸੀਂ ਇਸ ਗੱਲ ਤੋਂ ਖਿਲਾਫ ਹਾਂ, ਤੇ ਉਹਨਾਂ ਨੇ ਸਾਨੂੰ ਫਿਰ ਮਾਰ ਕੁੱਟ ਕੀਤੀ ਕਿ ਤੁਸੀਂ ਸਾਨੂੰ ਇਸ ਗੱਲ ਤੋਂ ਜਵਾਬ ਕਿਉਂ ਦਿੱਤਾ ਗਿਆ। ਤਾਂ ਕਰਕੇ ਮੇਰੇ ਭਰਾ ਦੀਆਂ ਦੋਨੋਂ ਲੱਤਾਂ ਵੀ ਤੋੜਤੀਆਂ, ਦੋਨੋਂ ਬਾਹਾਂ ਵੀ ਤੋੜਤੀਆਂ, ਤੇ ਮੇਰੀ ਮੰਮੀ ਵਿਚਾਰੇ ਬਜ਼ੁਰਗ ਹੈਗੇ ਆ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਕੁੱਟਿਆ ਉਹਨਾਂ ਨੇ, ਕਿਉਂਕਿ ਮੇਰੀ ਮੰਮੀ ਦੇ ਗੋਡੇ ਗਾਡੇ ਵੀ। ਭਾਈ ਮੇਰਾ ਨਾਮ ਰਿੰਕੂ ਹੈ ਜੀ। ਕੀ ਗੱਲ ਹੋਈ ਜੀ ਤੁਹਾਡੇ ਨਾਲ? ਭਾਜੀ ਉਹ ਗੱਲ ਕੋਈ ਨਹੀਂ ਹੋਈ ਸੀ, ਭੈਣ ਦਾ ਫੋਨ ਆਇਆ ਸੀ ਉੱਧਰੋਂ ਸਾਨੂੰ ਇੱਧਰੋਂ, ਤੇ ਕਹਿੰਦੇ ਤੇਰੇ ਜੀਜਾ ਜੀ ਨੂੰ ਤੇ ਸਾਨੂੰ ਮਾਰੀ ਕੁੱਟੀ ਜਾਂਦੇ, ਅਸੀਂ ਝਾੜੇ ਨਹੀਂ ਲੋਕੇ ਹੋਏ ਵੀ ਤੁਸੀਂ ਆ ਜਾਓ ਜਲਦੀ, ਤੇ ਅਸੀਂ ਘਰੇ ਆਏ ਹਾਂ ਜੀ, ਸਾਨੂੰ ਪਹਿਲੇ ਦਿਨ ਕੁਛ ਨਹੀਂ ਕਿਹਾ, ਉੱਪਰੋਂ ਥੱਲੇ ਅਸੀਂ ਉਤਰੇ ਆਏ ਹਾਂ, ਆਪਣੇ ਕਮਰੇ 'ਚ ਦੇਖਿਆ ਤਾਲੇ ਤੁਲੇ ਟੁੱਟੇ ਸਾਡੇ ਕਮਰੇ 'ਚ, ਤੇ ਅਸੀਂ ਬਾਹਰ ਦੇਖਿਆ ਬਾਹਰ ਚੱਲੇ, ਨਾਲ ਇਹਨਾਂ ਨੇ ਸਾਨੂੰ ਥੱਲੇ ਸੁੱਟ ਲਿਆ, ਮੰਮੀ ਮੇਰੀ ਨੂੰ ਤਾਂ ਫੜ ਲਿਆ ਇਹਨਾਂ ਨੇ, ਅਤੇ ਮੇਰੇ ਰਾੜ ਰੂੜ ਮਾਰ ਕੇ ਥੱਲੇ ਸੁੱਟਤਾ, ਕਿਸੇ ਕੋਲ ਰਾੜਾਂ ਸੀ, ਕਿਸੇ ਕੋਲ ਬੇਸਬੋਲ ਸੀ ਮੇਰੇ ਕੋਲ, ਸਾਰਿਆਂ ਨੇ ਮੈਨੂੰ ਮਾਰ ਕੁੱਟ ਕੇ ਥੱਲੇ ਸੁੱਟਤਾ, ਮਾਰ ਕੇ ਮੈਨੂੰ ਸੁੱਟਤਾ ਥੱਲੇ ਜੀ ਇਹਨਾਂ ਨੇ। ਬੋਵੀ ਸੀਗਾ ਜੀ, ਕਾਲਾ ਸੀਗਾ, ਮਨਦੀਪ ਸੀਗਾ, ਆਪਣੀ ਮਨਜੀਤ ਕੌਰ ਸੀ, ਕੁੜੀ ਦਾ ਨਾਮ ਮਨੀ ਸੀ। ਲੜਾਈ ਦਾ ਕਾਰਨ ਕੀ ਹੈ? ਲੜਾਈ ਦਾ ਕਾਰਨ ਜੀ ਇਹੀ ਸੀ, ਆਪਣਾ
ਅਸੀਂ ਸਮਝਾਉਣ ਆਉਂਦੇ ਸੀ, ਅੱਗੇ ਵੀ ਇੱਕ ਦੋ ਵਾਰੀ ਸਮਝਾਉਣ ਆਏ ਇਹਨਾਂ ਨੂੰ ਵੀ ਚਲੋ ਤੁਸੀਂ ਲੜੋ ਨਾ, ਇਕੱਠੇ ਰਹਿ ਲਓ ਰਲ ਕੇ ਮਿਲ ਕੇ, ਲੇਕਿਨ ਇਹ ਨਹੀਂ ਮੰਨੇ। ਇਹ ਕਹਿੰਦੇ ਵਸ਼ਿਸ਼ਟ ਹੋਣਾ ਕੋਈ ਤਾਂ ਦਿੰਦੇ ਰਹਿੰਦੇ ਸੀਗੇ, ਅਤੇ ਅਸੀਂ ਕਿਹਾ ਚਲੋ ਨਹੀਂ, ਸਾਰੇ ਮੈਨੂੰ ਟੁੱਟ ਕੇ ਪੈ ਗਏ ਜੀ। ਫਿਰ ਲੜਾਈ ਕਿਉਂ ਹੁੰਦੀ ਆ, ਕਾਰਨ ਕੀ ਆ? ਲੜਾਈ ਸ਼ਰਾਬ ਸ਼ੁਰੂ ਵੇਚਦੇ ਜੀ, ਸ਼ਰਾਬ ਲਈ ਉਹਨਾਂ ਨੇ ਮਨਾ ਕਰਤਾ ਸਿਸਟਰ ਨੇ ਵੀ ਤੁਸੀਂ ਸਾਡੇ ਘਰ ਨਹੀਂ ਰੱਖਣੀ, ਅਤੇ ਉਹਨਾਂ ਨੇ ਫਿਰ ਇਸ ਵਾਰ ਖੁੰਦਾ ਕਰਦੇ ਉੱਤੋਂ ਕੰਮ ਨੂੰ, ਕਹਿੰਦੇ ਪੁਲਿਸ ਸਾਡਾ ਕੀ ਵੱਡਾ ਕੋਈ ਵਿਗਾੜ ਸਕਦੀ ਆ, ਸਾਡੇ ਆਉਣਾ ਜਾਣਾ ਪੁਲਿਸ ਦਾ ਵੀ ਸਾਡਾ ਹਫ਼ਤਾ ਜਾਂਦਾ ਮਹੀਨਾ ਜਾਂਦਾ ਸਾਡਾ ਪੁਲਿਸ ਕੋਲ, ਵੀ ਸਾਨੂੰ ਕੀ ਕਹਿ ਸਕਦੀ ਆ? ਪੁਲਿਸ ਨੇ ਮਾਮਲਾ ਨਹੀਂ ਦਰਜ ਕੀਤਾ? ਪੁਲਿਸ ਵਾਲਿਆਂ ਨੇ ਸਾਡਾ ਕੁਛ ਨਹੀਂ ਕੀਤਾ ਜੀ, ਕੋਈ ਸੁਣਾਈ ਨਹੀਂ ਹੈਗੀ, ਕੁਛ ਨਹੀਂ ਹੈਗਾ ਜੀ। ਅਤੇ ਹੁਣ ਤੁਸੀਂ ਕੀ ਚਾਹੁੰਦੇ ਹੋ? ਅਸੀਂ ਆਪਣਾ ਇਨਸਾਫ ਮੰਗਣਾ ਚਾਹੁੰਦੇ, ਵੀ ਸਾਨੂੰ ਇਨਸਾਫ ਚਾਹੀਦਾ ਜੀ। ਤੁਸੀਂ ਬੋਲੋ। ਹਾਂਜੀ ਬਾਬਾ, ਕੀ ਨਾਮ ਤੁਹਾਡਾ? ਕਮਲੇਸ਼। ਕੀ ਗੱਲ ਕੀ ਹੋਈ ਸੀਗੀ? ਗੱਲ ਕੁਛ ਨਹੀਂ ਹੋਈ ਜੀ, ਇਹ ਮਤਲਬ ਘਰਦੇ ਸ਼ਰਾਬ ਸ਼ਰੂ ਵੇਚਦੇ ਸੀਗੇ, ਅਸੀਂ ਇਹਨਾਂ ਨੂੰ ਸਮਝਾਉਣ ਆਉਂਦੇ ਰਹੇ ਹਾਂ ਵੀ ਨਾ ਦੋ ਘਰ ਹੋ, ਪਿਆਰ ਨਾ ਰਹੋ। ਇਹ ਨਹੀਂ ਸਮਝੇ, ਪਹਿਲਾਂ ਮੇਰੇ ਜਵਾਈ ਨੂੰ ਕੁੱਟਿਆ 15 ਦਿਨ ਅੱਗੋਂ, ਫਿਰ ਮੇਰੀ ਬੇਟੀ ਨੂੰ ਕੁੱਟਿਆ, ਫਿਰ ਸਾਨੂੰ ਫੋਨ ਕੀਤਾ ਵੀ ਤੁਸੀਂ ਆ ਜਾ ਮੰਮੀ, ਛੇਤੀ ਵੀ ਲੋਕ ਨੂੰ ਕੁੱਟ ਰਹੇ ਨੇ, ਮੈਂ ਅਤੇ ਮੇਰਾ ਬੇਟਾ ਆਏ ਹਾਂ। ਇਹ ਸਾਨੂੰ ਆ ਕੇ ਇਹਨਾਂ ਨੇ ਮਤਲਬ ਐਸੀ ਜਗ੍ਹਾ ਤੋਂ ਕਾਲੇ ਨੇ ਮੈਨੂੰ ਪਕੜਿਆ, ਸਿੱਟ ਲਿਆ ਨੀਚੇ, ਫਿਰ ਮੇਰੇ ਮਾਵਾਂ ਧੀਆਂ ਨੇ ਪਕੜਿਆ, ਫਿਰ ਮੇਰੇ 10 ਮੁੰਡੇ ਮੇਰੇ ਮੁੰਡੇ ਨੂੰ ਪੈ ਗਏ, ਲੱਤਾਂ ਬਾਹਾਂ ਤੋੜਤੀਆਂ ਮੇਰੇ ਬੇਟੇ ਦੀਆਂ, ਬਹੁਤ ਚੀੜ ਝਾੜਾ ਪਾਇਆ, ਕੋਈ ਮੱਦ 'ਚੋਂ ਬਾਹਰ ਨਹੀਂ ਨਿਕਲਿਆ, ਬਹੁਤ ਠਾਣੇ ਤੱਕ ਵੀ ਰੋਂਦੀ ਗਈਆਂ, ਪੁਲਿਸ ਵਾਲੇ ਨੇ ਸਾਡੀ ਕੋਈ ਸੁਣਾਈ ਨਹੀਂ ਸੁਣੀ ਹੈਗੀ। ਉੱਤੋਂ ਸਾਨੂੰ ਧਮਕੀ ਦਿੰਦੇ ਨੇ, ਜੇ ਤੁਸੀਂ ਬੋਲੋਗੇ ਤੁਹਾਨੂੰ ਵੀ ਚੱਕਣ ਸਿੱਟ ਦਾਂਗੇ, ਅਸੀਂ ਸਾਨੂੰ ਇਹ ਧਮਕੀ ਦੇ ਰਹੇ ਨੇ, ਬੋਲਣ ਨਹੀਂ ਦਿੰਦੇ ਪੁਲਿਸ ਵਾਲੇ ਸਾਨੂੰ, ਕੁਛ ਵੀ ਨਹੀਂ ਬੋਲਣ ਦਿੰਦੇ ਹੈਗੇ। ਕੌਣ ਧਮਕੀ ਦੇ ਰਹੇ? ਪੁਲਿਸ ਵਾਲਾ ਉਠਾਵ ਜੀ ਨੂੰ ਰਿਪੋਰਟ ਲਿਖਾਈ, ਨਾਮ ਦਾ ਤਾਂ ਮੈਨੂੰ ਪਤਾ ਨਹੀਂ, ਉਹਦਾ ਉਹ ਬੋਲਦਾ ਸੀ ਸਾਨੂੰ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਆਪਣਾ ਮੰਗਦੇ ਹਾਂ ਜੀ, ਆਪਣਾ ਹੱਲ ਸਾਡਾ ਕੋਈ ਕੱਢੋ, ਜਿਵੇਂ ਮੈਂ ਤਾਂ ਮਿਹਨਤ ਕਰਕੇ ਪੈਸਾ ਕਰਜ਼ਾ ਚੱਕ ਕੇ ਮੁੰਡੇ ਦੀਆਂ ਲੱਤਾਂ ਬਾਹਾਂ ਠੀਕ ਕੀਤੀਆਂ ਨੇ, ਮੈਂ ਤਾਂ ਰੋਂਦੀ ਹਾਂ ਦਿਨ ਰਾਤ ਰੋਂਦੀ ਹਾਂ ਮੈਂ। ਮੇਰਾ ਮੁੰਡਾ ਕੰਮ ਕਰਨ ਜੋਗਾ ਨਹੀਂ ਛੱਡਿਆ ਇਹਨਾਂ ਨੇ, ਸਾਰਾ ਤੋੜਦਿਆਂ ਲੱਤਾਂ ਬਾਹਾਂ, ਪਲੇਟਾਂ ਪਈਆਂ ਮੁੰਡਿਆਂ 'ਚ, ਬਾਹਾਂ 'ਚ। ਹਾਂ, ਕੀ ਕਰਾਂਗੀ ਮੈਂ, ਇਹਦੇ ਸਿਰ 'ਤੇ ਸੀਗੀ ਮੈਂ। ਅਸੀਂ ਮਾਂ ਪੁੱਤ ਰਹਿੰਦੇ ਹਾਂ ਦੋਨੇ, ਨਾਨੀ ਦੇ ਘਰ ਰਹਿੰਦੇ ਹਾਂ, ਕਿਰਾਏ 'ਤੇ ਮਕਾਨ ਹੈ ਸਾਡਾ, ਆਪਣਾ ਹੈ ਨਹੀਂ ਕੁਛ ਵੀ। ਹਾਂਜੀ, ਨੰਬਰ FIR ਦਰਜ ਹੋਈ ਆ ਅੰਜੂ ਰਾਣੀ ਵੱਲੋਂ, ਜਿਹਦੇ ਵਿੱਚ ਉਹਨੇ ਇੱਕ ਕਿਹਾ ਗਿਆ ਸੀਗਾ ਵੀ ਮੇਰੇ ਘਰ ਦੇ ਅੰਦਰ ਵੜ ਕੇ ਮੇਰੇ 'ਤੇ ਹਮਲਾ ਕੀਤਾ, ਮੇਰੇ ਘਰ ਵਾਲੇ 'ਤੇ ਹਮਲਾ ਕੀਤਾ, ਮੇਰੇ ਭਰਾ ਦੀਆਂ ਜਿਹੜੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ। ਪੁਲਿਸ ਨੇ ਜਿਹੜੀ ਸਾਡੀ ਪ੍ਰੋਪਰ ਸੁਣਵਾਈ ਨਹੀਂ ਕੀਤੀ, ਪ੍ਰੋਪਰ ਧਾਰਾਵਾਂ ਨਹੀਂ ਲਾਈਆਂ, ਤੁਹਾਡਾ ਉਹਦੇ ਬਾਰੇ ਕੀ ਕਹਿਣਾ ਜੀ? ਮੇਰਾ ਇਹ ਕਹਿਣਾ ਕਿ ਜੋ ਅੰਜੂ ਨੇ ਬਿਆਨ ਲਿਖਾਇਆ ਸੀ, ਬਿਆਨ ਦੇ ਹਿਸਾਬ ਨਾਲ ਜੋ ਵੀ ਕਾਰਵਾਈ ਬਣਦੀ ਆ ਉਹ ਪੁਲਿਸ ਵੱਲੋਂ ਕੀਤੀ ਗਈ ਆ। 323, 341, 380, 427, 148, 149 ਦਾ FIR ਦਰਜ ਕੀਤੀ ਗਈ ਆ। ਉਸ ਤੋਂ ਬਾਅਦ ਡਾਕਟਰੀ ਰਿਪੋਰਟ ਦੇ ਹਿਸਾਬ ਨਾਲ ਜੋ ਡਾਕਟਰ ਸਾਹਿਬ ਨੇ ਲਿਖਿਆ ਵਾ ਰਿਪੋਰਟ ਦੇ ਵਿੱਚ, ਉਹਦੇ ਹਿਸਾਬ ਨਾਲ 325 ਦਾ ਵਾਧਾ ਕੀਤਾ ਗਿਆ ਵਾ, ਅਤੇ ਮੁਲਜ਼ਮਾਂ ਦੀ ਜਿਹੜੀ ਆ ਕਿ ਕੋਰਟ 'ਚੋਂ ਬੇਲ ਹੋ ਚੁੱਕੀ ਆ, ਸ਼ਾਮਲ ਤਫਤੀਸ਼ ਹੋ ਚੁੱਕੇ ਨੇ, ਉਹਨਾਂ ਤੋਂ ਰਿਕਵਰੀ ਕਰਨੀ ਬਾਕੀ ਆ।